ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਨਾਲ ਮੁਲਾਕਾਤ ਤੋਂ ਬਾਅਦ ਵੱਖ ਵੱਖ ਜਥੇਬੰਦੀਆਂ ਇੱਥੇ ਪਹੁੰਚੀਆਂ ਸਨ। ਮੇਰੇ ਨਾਲ ਪਟਨਾ ਸਾਹਿਬ ਕਮੇਟੀ ਦੇ ਵਾਈਸ ਪ੍ਰੈਜ਼ੀਡੈਂਟ ਤੇ ਮੈਂਬਰ ਨੇ ਗੱਲਬਾਤ ਕਰਾਂਗੇ। ਕੀ ਕੁਝ ਤੁਸੀਂ ਮੰਗ ਰੱਖੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੇਖੋ ਜੀ, ਜਿਹੜਾ ਬਿਆਨ ਰਾਹੁਲ ਗਾਂਧੀ ਜੀ ਨੇ ਵਿਦੇਸ਼ ਦੀ ਧਰਤੀ ਤੇ ਜਾ ਕੇ ਦਿੱਤਾ ਸੀ ਸਿੱਖਾਂ ਸਿੱਖ ਕੌਮ ਬਾਰੇ, ਉਹ ਅਦੀ ਅਸੀਂ ਪਟਨਾ ਸਾਹਿਬ ਦੀ ਕਮੇਟੀ ਵੀ ਪੂਰੇ ਕੜੇ ਸ਼ਬਦਾਂ ਤੇ ਨਿੰਦਾ ਕਰਦੀ ਹੈ, ਕਿਉਂਕਿ ਜਿੰਨਾ ਪਿਆਰ ਜਿੰਨਾ ਮਾਣ ਸਤਿਕਾਰ ਭਾਰਤ 'ਚ ਸਿੱਖਾਂ ਨੂੰ ਮਿਲਿਆ, ਮੈਂ ਨਹੀਂ ਸਮਝ ਸਕਦਾ ਕਿ ਹੋਰ ਕਿਧਰੇ ਮਿਲੇ। ਸੋ ਸਿੱਖਾਂ ਦੀ ਜਿਹੜੀਆਂ ਸਾਡੀਆਂ ਹੁਣੇ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਸਾਡੇ ਨਿਤਿਆਨੰਦ ਸਾਹਿਬ ਨਾਲ ਗੱਲ ਹੋਈ ਹੈ, ਇਹਨਾਂ ਨੇ ਵੀ ਕਿਹਾ ਕਿ ਜਿਹੜੇ ਗੁਰੂਆਂ ਦੇ ਬਲੀਦਾਨ ਹੈਗੇ ਨੇ ਅਤੇ ਰਾਹੁਲ ਗਾਂਧੀ ਜੀ ਨੂੰ ਵੀ ਪਹਿਲਾਂ ਜਾ ਕੇ ਉਹ ਸਿੱਖਿਆ ਉਹ ਇਤਿਹਾਸ ਪੜ੍ਹਨ ਕਿ ਸਾਡੇ ਗੁਰੂਆਂ ਦਾ ਜਿਹੜਾ ਕੀ ਬਲੀਦਾਨ ਹੈਗਾ ਵੇ, ਤਾਂ ਜਾ ਕੇ ਉਹ ਸਿੱਖਾਂ ਬੜੇ ਕੁਛ ਬੋਲਣ। ਸੋ ਸਾਡੀ ਦੂਜੀ ਗੱਲ ਜਿਹੜੀ ਇੱਥੇ ਹੋਈ ਹੈ ਮੰਤਰੀ ਸਾਹਿਬ ਨਾਲ, ਉਹ ਹੋਈ ਹੈ ਕਿ ਜਿਹੜੇ ਐਜੂਕੇਸ਼ਨ ਸੈਂਟਰ ਐਗਜ਼ਾਮ ਸੈਂਟਰ 'ਚ ਜਿਹੜੇ ਸਾਡੇ ਸਿੱਖ ਸਟੂਡੈਂਟਸ ਨੇ ਜਿਹਦੇ ਐਗਜ਼ਾਮ ਦੇਣ ਜਾਂਦੇ ਨੇ, ਤਾਂ ਉੱਥੇ ਜਿਹੜਾ ਕੜੇ ਅਤੇ ਕਿਰਪਾਨ ਦਾ ਜਿਹੜਾ ਇਸ਼ੂਸ ਆਉਂਦਾ ਵੇ, ਤਾਂ ਮਾਨਯ ਮੰਤਰੀ ਸਾਹਿਬ ਨੇ ਕਿਹਾ ਕਿ ਸਰਕਾਰ ਵੀ ਇਹਦੇ ਉੱਤੇ ਜਿਹੜਾ ਹੈ ਉਹ ਗੱਲਬਾਤ ਰੱਖੇਗੀ ਆਪਣੀ। ਸੋ ਉਹਨਾਂ ਨੇ ਆਸ਼ਵਾਸਨ ਦਿੱਤਾ ਸਾਨੂੰ। ਤੁਸੀਂ ਦੱਸੋ, ਇਹ ਨਾ ਆਪਣੇ ਸ੍ਰੀ ਗੁਰੂ ਸਿੰਘ ਸਭਾ ਕੈਲਕਟਾ ਦੇ ਨਾਲ ਵੀ ਆਏ ਡਿਮਾਂਡ ਹੈ ਜੀ, ਜਿਹੜੀ ਸਾਰਿਆਂ ਦੀ ਰਾਹੁਲ ਗਾਂਧੀ ਜੋ ਗਲਤ ਬਿਆਨ ਦੇਈ ਜਾਂਦਾ ਹੈ, ਇਹਦੇ ਕਰਕੇ ਸਾਨੂੰ ਮਤਲਬ ਬਹੁਤ ਸਾਰੇ ਸਿੱਖਾਂ ਨੂੰ, ਪੂਰੇ ਹਿੰਦੁਸਤਾਨ ਦੇ ਸਿੱਖਾਂ ਨੂੰ ਤਕਲੀਫ ਲੱਗ ਰਹੀ ਹੈ। ਇਹ 84 ਵਾਲਾ ਮਾਹੌਲ ਦੁਬਾਰਾ ਬਣਾਏ ਜਾਂਦੇ ਨੇ ਅਤੇ ਸਿੱਖਾਂ ਨੂੰ ਮਤਲਬ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਤੁਹਾਡੇ ਇਲੈਕਸ਼ਨ ਹੈ, ਤੁਸੀਂ ਆਪਣੇ ਮੁੱਦੇ 'ਤੇ ਲੜੋ, ਸਿੱਖਾਂ ਨੂੰ ਕਿਉਂ ਵਿਚਕਾਰ ਆ ਕੇ ਖਰਾਬ ਕਰਦੇ ਤੁਸੀਂ? ਤੁਹਾਡਾ ਇਹ ਮੁੱਦਾ ਹੈ, ਇਹ ਸ਼ਿਕਾਇਤ ਹੈ ਰਾਹੁਲ ਗਾਂਧੀ ਦੇ ਖਿਲਾਫ। ਬਾਕੀ ਸਿੱਖਾਂ ਨੂੰ ਫਲਾਈਟ ਵਿੱਚ ਕੋਈ ਕਿਰਪਾਨ ਦੀ ਤਕਲੀਫ ਆਉਂਦੀ, ਕਦੇ ਮੈਟਰੋ ਵਿੱਚ ਆ ਜਾਂਦੀ ਹੈ, ਕਦੇ ਇਗਜ਼ਾਮ ਦਿੰਦੇ ਬੱਚਿਆਂ ਨੂੰ ਕੜਾ ਉਤਾਰੋ, ਕਿਰਪਾਨ ਉਤਾਰੋ, ਉਹ ਮੁੱਦੇ ਸਭ ਨੇਤਾ ਜੀ ਨੂੰ ਦੱਸਿਆ ਗਿਆ ਅਤੇ ਕਹਿੰਦੇ ਵੀ ਅਸੀਂ ਇਹਦਾ ਸੋਲੂਸ਼ਨ ਕੱਢਦੇ ਹਾਂ। ਅੱਛਾ, ਜਿਹੜਾ ਰਾਹੁਲ ਗਾਂਧੀ ਕਹਿ ਰਹੇ ਨੇ ਕਿ ਗੁਰਦੁਆਰੇ ਜਾਣ ਨਹੀਂ ਦਿੱਤਾ ਜਾਂਦਾ ਫਲਾਣੀ ਚੀਜ਼ਾਂ, ਉਹ ਕਿਤੇ ਹੁੰਦੀਆਂ ਨੇ ਹਿੰਦੁਸਤਾਨ 'ਚ? ਦੱਸੋ। ਦੇਖੋ ਜੀ, ਰਾਹੁਲ ਗਾਂਧੀ ਔਰ ਰਾਹੁਲ ਗਾਂਧੀ ਦੇ ਨਾਨੇ ਪੜਨਾਨੇ ਜਿੰਨੇ ਵੀ ਰਹੇ ਆ, ਇਹਨਾਂ ਨੇ 1947 ਤੋਂ ਬਾਅਦ ਇਹ ਜਿਹੜੀ ਇਹ ਜਮਾਤ ਆ, ਕਾਂਗਰਸ ਔਰ ਗਾਂਧੀ ਪਰਿਵਾਰ, ਇਹ ਸਾਰਾ ਜਿਹੜਾ ਹੈਗਾ ਆ, ਇਹਨਾਂ ਨੂੰ ਅਸੀਂ ਸਿੱਖਾਂ ਦੀ ਕਾਤਲ ਜਮਾਤ ਮੰਨਦੇ ਹਾਂ। ਤੁਸੀਂ ਜਾਣਦੇ ਵੀ ਹੋ ਕਿ ਇਹਨਾਂ ਨੇ 1984 ਤੋਂ ਪਹਿਲਾਂ ਵੀ 10-15 ਸਾਲ ਲਗਾਤਾਰ ਸਿੱਖਾਂ ਨੂੰ ਬਦਨਾਮ ਕੀਤਾ। ਔਰ ਜਿਹੜਾ ਸਾਡਾ ਇੱਕ ਭਾਈਚਾਰਾ ਹੈ ਇੱਥੇ, ਬਹੁਤ ਵੱਡਾ ਭਾਈਚਾਰਾ, ਜਿਹੜੀ ਪਛਾਣ ਆ ਹਿੰਦੁਸਤਾਨ ਦੀ, ਸਿੱਖ ਔਰ ਹਿੰਦੂ ਏਕਤਾ ਦੀ ਪਛਾਣ, ਜਿਹੜੀ ਇੱਕ ਮਾਂ ਦੇ ਦੋ ਪੁੱਤਰਾਂ ਵਾਲੀ ਜਿਹੜੀ ਪਛਾਣ ਆ, ਉਹਨੂੰ ਇਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਹਮੇਸ਼ਾ। ਇਹ ਹੁਣ ਵੀ ਉਸੇ ਹੀ ਮੁੱਦੇ 'ਤੇ ਕੰਮ ਕਰ ਰਹੇ ਨੇ। ਇਹ ਰਾਹੁਲ ਗਾਂਧੀ ਕੋਈ ਐਵੇਂ ਨਹੀਂ ਬਿਆਨ ਦੇ ਰਿਹਾ, ਇਹਦੇ ਪਿੱਛੇ ਇਹਦੀ ਭਿਆਨਕ ਜਿਹੜੀ ਸਾਜਿਸ਼ ਆ ਉਹ ਨਜ਼ਰ ਆ ਰਹੀ, ਜੋ ਕਾਂਗਰਸ ਪਹਿਲਾਂ ਤੋਂ ਕਰਦੀ ਰਹੀ ਆ ਸਿੱਖਾਂ ਦੇ ਨਾਲ, ਉਹ ਨਜ਼ਰ ਆ ਰਹੀ ਆ। ਇਹਨਾਂ ਦਾ ਮੇਨ ਮਕਸਦ ਆ ਵੀ ਜਿਹੜੀ ਸਿੱਖ ਕੌਮ ਆ, ਔਰ ਸਿੱਖ ਕੌਮ ਜੇ ਖੁਸ਼ੀ ਰਹੇਗੀ ਤਾਂ ਪੂਰਾ ਹਿੰਦੁਸਤਾਨ ਖੁਸ਼ਹਾਲ ਰਹੇਗਾ, ਜੇ ਸਿੱਖ ਕੌਮ ਦੁਖੀ ਹੋਏਗੀ ਤਾਂ ਪੂਰਾ ਹਿੰਦੁਸਤਾਨ ਜਿਹੜਾ ਦੁਖੀ ਹੁੰਦਾ। ਕਿਉਂ? ਕਿ ਸਿੱਖਾਂ ਨੇ ਆਪਣੇ ਖੂਨ ਦੇ ਨਾਲ ਆਜ਼ਾਦੀ ਲਈ ਆ, ਔਰ 99% ਨਹੀਂ, ਕਮ ਸੇ ਕਮ 100 ਚੋਂ 90% ਦੀਆਂ ਕੁਰਬਾਨੀਆਂ ਜਿਹੜੀਆਂ ਇਹ ਸਾਡਾ ਇਤਿਹਾਸ ਦੱਸਦਾ ਸਿੱਖਾਂ ਨੇ ਦਿੱਤੀਆਂ। ਕੁਰਬਾਨੀਆਂ ਵਾਲੇ ਲੋਕ ਹੋਣ, ਉਹਨਾਂ ਨੂੰ ਅੱਖੋਂ ਪਰੋਖੇ ਕਰਨ ਨਾਲ ਕੁਦਰਤ ਕਦੀ ਵੱਲ ਨਹੀਂ ਹੁੰਦੀ। ਇਸ ਕਰਕੇ ਜਿਹੜੀ ਉਹਨੇ ਗੱਲ ਕੀਤੀ ਆ ਉਹ ਸਿੱਖਾਂ ਦੇ ਵੀ ਖਿਲਾਫ ਕੀਤੀ ਆ, ਹਿੰਦੁਸਤਾਨ ਦੇ ਵੀ ਖਿਲਾਫ ਕੀਤੀ ਆ। ਅਸੀਂ ਮੰਤਰੀ ਜੀ ਨਾਲ ਮਿਲ ਕੇ, ਮੰਤਰੀ ਜੀ ਨੇ ਇਹ ਗੱਲ ਕਹੀ ਆ ਵੀ ਸਿੱਖਾਂ ਦੀ ਕੁਰਬਾਨੀ ਨੂੰ ਭੁੱਲਿਆ ਨਹੀਂ ਜਾ ਸਕਦਾ। ਰਾਹੁਲ ਗਾਂਧੀ ਜਿਹੜੀ ਬਿਆਨਬਾਜ਼ੀ ਕਰ ਰਿਹਾ ਹੈ ਉਹ ਸਿੱਖਾਂ ਨੂੰ ਅਤੇ ਦੇਸ਼ ਨੂੰ ਬਦਨਾਮ ਕਰ ਰਿਹਾ, ਔਰ ਅਸੀਂ ਇਹਦਾ ਪੁਰ ਜ਼ੋਰ ਨਿੰਦਿਆ ਕਰਦੇ ਹਾਂ, ਔਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਵੀ ਕਰਦੇ ਹਾਂ, ਟਾਟਾ ਦੀ ਸਿੱਖ ਸੰਗਤ ਆਈ ਆ, ਸਰਦਾਰ ਸੁਰਿੰਦਰ ਸਿੰਘ ਜੀ ਉਹਨਾਂ ਵੱਲੋਂ ਵੀ ਕਰਦੇ ਹਾਂ। ਸ੍ਰੀ ਗੁਰੂ ਸਿੰਘ ਸਭਾ ਸਾਡੀ ਕਲਕੱਤੇ ਦੀ ਬਹੁਤ ਵੱਡੀ ਔਰਗਨਾਈਜੇਸ਼ਨ ਹੈ ਸਿੱਖਾਂ ਦੀ,
ਉਹਦੇ ਵੱਲੋਂ ਵੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੱਲ ਕਰਨ ਤੇ ਅਸੀਂ ਪਟਨਾ ਸਾਹਿਬ ਤੇ ਕਲਕੱਤਾ ਦੀਆਂ ਸਿੱਖ ਜਥੇਬੰਦੀਆਂ ਸਾਡੇ ਨਾਲ ਗੱਲਬਾਤ ਕੀਤੀ। ਦਿੱਲੀ ਤੋਂ ਕੈਮਰਾਮੈਨ ਆਦਿਤ ਨਾਲ ਨਿਤਿਨ ਦੀਵਾਨ ਅਨੁਸ਼ਵਾਨੀ।